chan outlook satnam sri wahguru ji comment section de vich wahguru type karke fateh kabool karo ji wahguru ji ka khalsa wahguru ji ki fateh tusi apne sujhav ate sawal vi comment kar sakde ho tade sujhavan de utte kam karan di ate tuhade sawalan de sheeti to sheeti jawab den di puri koshish kiti jayegi ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 95 ਦੀ ਵਿਆਖਿਆ ਕਰਦੇ ਹਾਂ ਮਾਜ ਮਹਿਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭੌਜਲ ਦੁੱਤਰ ਤਰਿਆ ਜੀਉ ਆਓ ਸਖੀ ਹਰ ਮੇਲ ਕਰਿਹਾ ਮੇਰੇ ਪ੍ਰੀਤਮ ਕਾਮੈ ਦੇ ਸੁਨੇਹਾ ਮੇਰਾ ਮਿੱਤਰ ਸਖਾ ਜੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਐ ਜੀਉ ਇੱਥੇ ਗੁਰੂ ਜੀ ਆਪਦੇ ਸੰਗੀਆਂ ਸਾਥੀਆਂ ਨੂੰ ਇੱਕ ਅਰਜ਼ੋਈ ਕਰ ਰਹੇ ਹਨ ਕਿ हे ਮੇਰੇ ਮਿੱਤਰੋ ਆਓ ਰਲ ਕੇ ਅਸੀਂ ਪ੍ਰਮਾਤਮਾ ਦੇ ਗੁਣਾਂ ਵਾਲੀ ਬਾਣੀ ਪੜ੍ਹੀਏ ਤੇ ਵਿਚਾਰੀਏ ਪ੍ਰਮਾਤਮਾ ਦੇ ਨਾਮ ਦੀ ਕਥਾ ਅਸੀਂ ਸਦਾ ਸੁਣਦੇ ਰਹੀਏ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੁਣ ਗਾ ਕੇ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਨਹੀਂ ਤਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦਾ ਸਫ਼ਰ ਬੜਾ ਔਖਾ ਹੈ हे ਮੇਰੇ ਸਤ ਸੰਗੀ ਮਿੱਤਰੋ ਆਓ ਪ੍ਰਮਾਤਮਾ ਦੀ ਪ੍ਰਾਪਤੀ ਵਾਲਾ ਸਤ ਸੰਗ ਬਣਾਈਏ ਜਿਹੜਾ ਗੁਰਮੁਖ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦਾ ਸਨੇਹਾ ਦੇਵੇ ਮੈਨੂੰ ਪਰਮਾਤਮਾ ਦਾ ਸੋਹ ਪਤਾ ਦੱਸੇ ਉਹੀ ਮੇਰਾ ਮਿੱਤਰ ਹੈ ਮੇਰਾ ਸਾਥੀ ਹੈ ਮੇਰਾ ਸੱਜਣ ਤੇ ਮੇਰਾ ਭਰਾ ਹੈ ਮੇਰੀ ਬੇਦਨ ਹਰਗੁਰ ਪੂਰਾ ਜਾਣਾ ਹੋ ਰਹਿ ਨਾ ਸਕਾ ਬਿਨ ਨਾਮ ਬਖਾਣੇ ਮੈਂ ਔਖਦ ਮੰਤਰ ਦੀਜੈ ਗੁਰਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਉ ਕਹਿੰਦੇ ਕਿ ਮੇਰੀ ਜੋ ਪੀੜਾ ਹੈ ਉਹ ਮੇਰਾ ਪੂਰਾ ਗੁਰੂ ਹੀ ਜਾਣਦਾ ਹੈ ਉਹ ਪੀੜਾ ਕੀ ਹੈ ਕਿ ਉਸ ਪ੍ਰਮਾਤਮਾ ਦੇ ਦਰਸ਼ਨ ਕੀਤੇ ਬਿਨਾ ਮੈਨੂੰ ਧੀਰਜ ਨਹੀਂ ਆਉਂਦਾ ਹੋ ਰਹਿ ਨਾ ਸਕਾਂ ਬਿਨ ਨਾਮ ਬਖਾਣੇ ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਜਦ ਤੱਕ ਮੈਂ ਨਹੀਂ ਜੁੜਦਾ ਉਦੋਂ ਤੱਕ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਮੈਂ ਔਖਦ ਮੰਤਰ ਦੀ ਜੈ ਗੁਰ ਪੂਰੇ ਕਿ ਜਿਹੜਾ ਪੂਰਾ ਗੁਰੂ ਹੈ ਸੱਚਾ ਗੁਰੂ ਹੈ ਉਹਦਾ ਉਪਦੇਸ਼ ਮੇਰੇ ਲਈ ਅਜਹੀ ਦਵਾਈ ਹੈ ਜਿਹੜੀ ਮੇਰੀ ਉਸ ਪੀੜਾ ਨੂੰ ਦੂਰ ਕਰਦੀ ਹੈ ਕਿਉਂਕਿ ਜੋ ਗੁਰੂ ਹੈ ਉਹਦੀਆਂ ਸਿੱਖਿਆਵਾਂ ਦੇ ਉੱਪਰ ਚੱਲ ਕੇ ਮੈਂ ਉਸ ਪ੍ਰਮਾਤਮਾ ਦੇ ਨਾਲ ਸਾਝ ਪਾ ਸਕਦਾ ਹਾਂ ਤੇ ਜਦੋਂ ਮੇਰੀ ਉਸ ਪ੍ਰਮਾਤਮਾ ਦੇ ਨਾਲ ਸਾਝ ਪੈਂਦੀ ਹੈ ਤਾਂ ਉਹਦੇ ਤੋਂ ਵਿਛੋੜੇ ਦਾ ਜੋ ਦਰਦ ਹੈ ਉਹ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ ਤੇ ਦੂਜੀ ਗੱਲ ਇਹ ਵੀ ਹੈ ਕਿ ਹਰ ਹਰ ਨਾਮ ਉਦਰੀਏ ਜੀਓ ਕਿ ਉਸ ਪ੍ਰਮਾਤਮਾ ਦੇ ਨਾਮ ਦਾ ਸਹਾਰਾ ਲੈ ਕੇ ਮੈਂ ਇਸ ਸੰਸਾਰ ਸਮੁੰਦਰ ਤੋਂ ਪਾਰ ਵੀ ਲੰਘ ਸਕਦਾ ਹਾਂ ਹਮ ਚਾਤਰਿਕ ਦੀਨ ਸਤਗੁਰ ਸਰਣਾਈ ਹਰ ਹਰ ਨਾਮ ਬੂੰਦ ਮੁਖ ਪਾਈ ਕਹਿੰਦੇ ਕਿ ਮੈਂ ਇੱਕ ਨਿਮਾਣਾ ਚਾਤਰਕ ਹਾਂ ਚਾਤਰਕ ਪਪੀਹੇ ਨੂੰ ਕਿਹਾ ਗਿਆ ਹੈ ਕਿ ਮੈਂ ਇੱਕ ਨਿਮਾਣਾ ਜਿਹਾ ਪਪੀਹਾ ਹਾਂ ਜਿਹੜਾ ਸਤਗੁਰ ਦੀ ਸਰਨ ਦੇ ਵਿੱਚ ਆ ਗਿਆ ਹਾਂ ਤੇ ਸਤਗੁਰ ਨੇ ਮੇਰੇ ਮੂੰਹ ਦੇ ਵਿੱਚ ਪਰਮਾਤਮਾ ਦੇ ਨਾਮ ਰੂਪੀ ਬੂੰਦ ਪਾ ਦਿੱਤੀ ਹੈ ਜਿਸ ਤਰ੍ਹਾਂ ਕਿ ਇੱਕ ਪਪੀਹਾ ਜੋ ਹੈ ਮੀਂਹ ਦੀਆਂ ਬੂੰਦਾਂ ਨੂੰ ਆਪਣੇ ਮੂੰਹ ਦੇ ਵਿੱਚ ਪਾਉਂਦਾ ਹੈ ਹਰ ਜਲ ਨਿਦ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਓ ਰੰਦੇ ਤੋਂ ਪਰਮਾਤਮਾ ਹੈ ਉਹ ਪਾਣੀ ਦਾ ਇੱਕ ਵਿਸ਼ਾਲ ਸਮੁੰਦਰ ਹੈ ਤੇ ਅਸੀਂ ਜੋ ਜੀਵ ਹਾਂ ਉਸ ਸਮੁੰਦਰ ਦੇ ਵਿੱਚ ਤੁਰਦਿਆਂ ਫਿਰਦਿਆਂ ਮੱਛੀਆਂ ਹਾਂ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਾਮ ਜਲ ਤੋਂ ਬਿਨਾਂ ਸਾਡਾ ਕੋਈ ਸਹਾਰਾ ਨਹੀਂ ਹੈ ਜੇਕਰ ਸਮੁੰਦਰਾਂ ਦੇ ਵਿੱਚੋਂ ਪਾਣੀ ਖਤਮ ਹੋ ਜਾਣ ਤਾਂ ਮੱਛੀਆਂ ਦੇ ਲੋਕ ਲਈ ਕੋਈ ਸਹਾਰਾ ਨਹੀਂ ਬਚੇਗਾ ਉਸੇ ਤਰ੍ਹਾਂ ਹੀ ਮਨੁੱਖ ਦੀ ਜ਼ਿੰਦਗੀ ਦੇ ਵਿੱਚੋਂ ਜਦੋਂ ਪਰਮਾਤਮਾ ਦਾ ਨਾਮ ਖਤਮ ਹੋ ਜਾਏ ਤਾਂ ਉਸ ਨੂੰ ਆਤਮਿਕ ਮੌਤ ਤੋਂ ਬਚਾਉਣ ਦੇ ਲਈ ਵੀ ਕੋਈ ਸਹਾਰਾ ਨਹੀਂ ਬਚਦਾ ਮਾਜ ਮਹਿਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੇ ਜਿਓ ਕਹਿੰਦੇ ਕਿ ਹੇ ਹਰੀ ਜਨੋ ਹੇ ਮੇਰੇ ਸੰਤ ਜਨੋ ਮੇਰੇ ਭਰਾਵੋ ਮੈਨੂੰ ਮਿਲੋ ਤੇ ਮੈਨੂੰ ਉਸ ਪਰਮਾਤਮਾ ਦੀ ਦੱਸ ਪਾਵੋ ਮੈਨੂੰ ਉਸਤੇ ਦੀਦਾਰ ਦੀ ਭੁੱਖ ਲੱਗੀ ਹੋਈ ਹੈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਤੇ ਅਗਲੀ ਪੰਕਤੀ ਦੇਸ਼ ਪੰਕਤੀ ਦੇ ਵਿੱਚ ਗੁਰੂ ਜੀ ਉਸ ਪਰਮਾਤਮਾ ਦੇ ਅੱਗੇ ਅਰਜ਼ੋਈ ਕਰਦੇ ਹਨ ਕਿ हे ਦਾਤਾਰ हे ਜਗਤ ਜੀਵਨ ਦੇ ਪ੍ਰਭੂ ਮੇਰੀ ਇਹ ਸ਼ਰਧਾ ਪੂਰੀ ਕਰ ਕਿ ਮੈਂ ਤੇਰੇ ਦਿਦਾਰ ਦੇ ਵਿੱਚ ਲੀਨ ਹੋ ਕੇ ਆਪਦੇ ਮਨ ਨੂੰ ਤੇਰੇ ਨਾਮ ਅਮਰਤ ਦੇ ਨਾਲ ਤਰੋ ਤਰ ਕਰੀ ਰੱਖਾਂ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰ ਅਮਰਤ ਹਰ ਮਨ ਭਾਵੇ ਮਿਲ ਸਤ ਗੁਰ ਅਮਰਤ ਪੀਜੈ ਜੀਓ ਗੁਰੂ ਜੀ ਕਹਿੰਦੇ ਕਿ ਮੇਰਾ ਮਨ ਲੋਚਦਾ ਹੈ ਕਿ ਸਾਧ ਸੰਗਤ ਦੇ ਵਿੱਚ ਮਿਲ ਕੇ ਮੈਂ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਨੂੰ ਉਚਾਰਾਂ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਦੀਆਂ ਜਦੋਂ ਗੱਲਾਂ ਕਰਦਾ ਹਾਂ ਤਾਂ ਮੇਰੇ ਮਨ ਨੂੰ ਬੜੀਆਂ ਪਿਆਰੀਆਂ ਲੱਗਦੀਆਂ ਹਨ ਉਹ ਆਤਮਿਕ ਜੀਵਨ ਦੇਣ ਵਾਲਾ ਜੋ ਪ੍ਰਮਾਤਮਾ ਦਾ ਨਾਮ ਜਲ ਹੈ ਮੈਨੂੰ ਬੜਾ ਹੀ ਚੰਗਾ ਲੱਗਦਾ ਹੈ ਪਰ ਇਹ ਨਾਮ ਜਲ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਹੀ ਪੀਤਾ ਜਾ ਸਕਦਾ ਹੈ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾ ਖਾਵੈ ਬਿਨ ਭਾਗਾ ਸਤ ਸੰਗ ਨਾਲ ਲੱਭਾ ਬਿਨ ਸੰਗਤ ਮੈਲ ਭਰੀਜੈ ਜਿਉ ਕਹਿੰਦੇ ਉਹ ਵੱਡ ਭਾਗੀ ਮਨੁੱਖ ਹੁੰਦੇ ਹਨ ਵੱਡੇ ਭਾਗਾ ਵਾਲੇ ਮਨੁੱਖ ਹੁੰਦੇ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਨਾਲ ਮਿਲਾਪ ਕਰਾਣ ਵਾਲੀ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਪਰ ਨਿਭਾਗੇ ਬੰਦੇ ਜਿਹੜੇ ਹੁੰਦੇ ਹਨ ਮੰਦ ਭਾਗੇ ਬੰਦੇ ਜਿਹੜੇ ਹੁੰਦੇ ਹਨ ਉਹ ਭਟਕਣਾ ਦੇ ਵਿੱਚ ਪੈ ਕੇ ਵਿਕਾਰਾਂ ਦੀਆਂ ਚੋਟਾਂ ਖਾਂਦੇ ਰਹਿੰਦੇ ਹਨ ਚੰਗੀ ਕਿਸਮਤ ਤੋਂ ਬਿਨਾਂ ਸਾਧ ਸੰਗਤ ਨਹੀਂ ਮਿਲਦੀ ਅਤੇ ਸਾਧ ਸੰਗਤ ਤੋਂ ਬਿਨਾ ਜੋ ਮਨ ਦੇ ਅੰਦਰ ਲੱਗੀ ਹੋਈ ਵਿਕਾਰਾਂ ਦੀ ਮੈਲ ਹੈ ਉਸ ਤੋਂ ਅਸੀਂ ਆਪਦੇ ਮਨ ਨੂੰ ਧੋ ਨਹੀਂ ਸਕਦੇ ਸਾਫ਼ ਨਹੀਂ ਕਰ ਸਕਦੇ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਭਇਆ ਜਨ ਨਾਨਕ ਨਾਮ ਮਨ ਭੀਜੇ ਜਿਉ ਕਹਿੰਦੇ ਹੇ ਜਗਤ ਰਚੇਤਾ ਇਸ ਜਗਤ ਨੂੰ ਜੀਵਨ ਦੇਣ ਵਾਲੇ ਪਿਆਰੇ ਪ੍ਰਭੂ ਮੇਰੀ ਇਹ ਤੇਰੇ ਅੱਗੇ ਅਰਦਾਸ ਹੈ ਕਿ ਤੂੰ ਮੈਨੂੰ ਆ ਕੇ ਮਿਲ ਮੇਰੇ ਮਨ ਵਿੱਚ ਦਇਆ ਧਾਰ ਕੇ ਮੈਨੂੰ ਆਪ ਦਾ ਨਾਮਦਾਨ ਦੇ ਹੇ ਦਾਸ ਨਾਨਕ ਆਖ ਕੇ ਗੁਰੂ ਦੀ ਮੱਤ ਦੀ ਬਰਕਤ ਨਾਲ ਜਿਸ ਮਨੁੱਖ ਦੇ ਮਨ ਵਿੱਚ ਵੀ ਪ੍ਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ ਜਿਸ ਮਨੁੱਖ ਨੂੰ ਵੀ ਉਸ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ਉਸ ਦਾ ਮਨ ਸਦਾ ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਭਿੱਜਿਆ ਰਹਿੰਦਾ ਹੈ ਇਸ ਦੁਨੀਆ ਦੇ ਵਿੱਚ ਵਿਚਰਦੇ ਹੋਏ ਵੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਸੁਭਿਧਾਵਾਂ ਮਾ ਇਦਾਂ ਦੀਆਂ ਹੁੰਦੀਆਂ ਹਨ ਜੋ ਸਾਨੂੰ ਬਹੁਤ ਚੰਗੀਆਂ ਲੱਗਦੀਆਂ ਹਨ ਤੇ ਸਾਡਾ ਦਿਲ ਕਰਦਾ ਹੈ ਕਿ ਅਸੀਂ ਉਹਨਾਂ ਸੁਵਿਧਾਵਾਂ ਨੂੰ ਮਾਣਦੇ ਰਹੀਏ ਜਾਂ ਉਹਨਾਂ ਚੀਜ਼ਾਂ ਨੂੰ ਵਰਤਦੇ ਰਹੀਏ ਖਾਣ ਵਾਲੀਆਂ ਚੀਜ਼ਾਂ ਹਨ ਤਾਂ ਕਿ ਅਸੀਂ ਖਾਂਦੇ ਰਹੀਏ ਜੇ ਕੋਈ ਕਰਨ ਵਾਲੀ ਪ੍ਰਕਿਰਿਆ ਹੈ ਤਾਂ ਅਸੀਂ ਕਰਦੇ ਰਹੀਏ ਸਾਡੇ ਮਨ ਦੀ ਇਹ ਇੱਛਾ ਹੁੰਦੀ ਹੈ ਪਰ ਦੁਨਿਆਵੀ ਜੋ ਚੀਜ਼ਾਂ ਹਨ ਉਹਨਾਂ ਦੀ ਇੱਕ ਲਿਮਟ ਹੁੰਦੀ ਹੈ ਉਦਾਹਰਨ ਦੇ ਤੌਰ ਤੇ ਜੇਕਰ ਅਸੀਂ ਗੱਲ ਕਰੀਏ ਜੇਕਰ ਕਿਸੇ ਨੂੰ ਖਾਣ ਦੀ ਕੋਈ ਵਸਤੂ ਬੜੀ ਹੀ ਵਧੀਆ ਲੱਗਦੀ ਹੈ ਤਾਂ ਉਹਦੀ ਇੱਕ ਲਿਮਟ ਹੋਏਗੀ ਸੀਮਾ ਹੋਏਗੀ ਕਿ ਜਿੱਥੋਂ ਤੱਕ ਉਹ ਖਾ ਸਕਦਾ ਹੈ ਉਸ ਤੋਂ ਬਾਅਦ ਉਹਦਾ ਸਰੀਰ ਜਵਾਬ ਦੇ ਜਾਏਗਾ ਕਿ ਨਹੀਂ ਇਸ ਤੋਂ ਜ਼ਿਆਦਾ ਨਹੀਂ ਖਾਈ ਜਾਏਗੀ ਮੰਨ ਲਓ ਕੋਈ ਖੇਡ ਹੈ ਜਿਸ ਨੂੰ ਖੇਡਣ ਨੂੰ ਤੁਹਾਡਾ ਦਿਲ ਕਰਦਾ ਹੈ ਤੁਹਾਡਾ ਬਹੁਤ ਦਿਲ ਕਰਦਾ ਹੈ ਕਿ ਉਹ ਖੇਡ ਤੁਸੀਂ ਖੇਡਦੇ ਰਮੋ ਪਰ ਉੱਥੇ ਵੀ ਇੱਕ ਸੀਮਾ ਹੋਏਗੀ ਕਿ ਕਦੋਂ ਤੱਕ ਤੁਸੀਂ ਖੇਡ ਸਕਦੇ ਹੋ ਜੇਕਰ ਤਾਂ ਖੇਡ ਐਸੀ ਹੈ ਕਿ ਜਿਸ ਦੇ ਵਿੱਚ ਸਰੀਰਕ ਸਮਰੱਥਾ ਲੱਗਦੀ ਹੈ ਤਾਂ ਤੁਸੀਂ ਥੱਕ ਜਾਓਗੇ ਜੇਕਰ ਖੇਡ ਐਸੀ ਹੈ ਕਿ ਮਾਨਸਿਕ ਸਮਰੱਥਾ ਲੱਗਦੀ ਹੈ ਤਾਂ ਵੀ ਤੁਹਾਡਾ ਮਨ ਥੱਕ ਜਾਏਗਾ ਜਾਂ ਤੁਹਾਡਾ ਮਨ ਅੱਕ ਜਾਏਗਾ ਕੁਝ ਹੱਦ ਤੱਕ ਹੀ ਤੁਸੀਂ ਉਸ ਖੇਡ ਨੂੰ ਖੇਡ ਪਾਉਂਗੇ ਪਰ ਪ੍ਰਮਾਤਮਾ ਦੇ ਨਾਮ ਦਾ ਚਸਕਾ ਇੱਕ ਅਜੀਹਾ ਚਸਕਾ ਹੈ ਕਿ ਜਿਸ ਮਨੁੱਖ ਨੂੰ ਇਹ ਪ੍ਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਜਾਏ ਉਹਦਾ ਮਨ ਫਿਰ ਇਸ ਤੋਂ ਨਹੀਂ ਭਰਦਾ ਉਹਦਾ ਮਨ ਹਮੇਸ਼ਾ ਹੀ ਫਿਰ ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਭਿੱਜਿਆ ਰਹਿੰਦਾ ਹੈ ਮਾਜ ਮਹਿਲਾ ਚੌਥਾ ਹਰ ਗੁਣ ਧਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪਿਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁੱਲ ਟੁੱਲ ਪੌਂਦਾ ਜਿਉ ਇਨ੍ਹਾਂ ਪੰਕਤੀਆਂ ਦੇ ਵਿੱਚ ਗੁਰੂ ਜੀ ਦੀ ਪ੍ਰਮਾਤਮਾ ਦੇ ਨਾਲ ਸਾਂਝ ਦਰਸਾਈ ਗਈ ਹੈ ਜਾਂ ਇਹ ਕਹ ਲਈਏ ਕਿ ਸਪੱਸ਼ਟ ਹੈ ਕਿ ਉਹਨਾਂ ਨੂੰ ਉਸ ਪ੍ਰਮਾਤਮਾ ਦੇ ਨਾਲ ਕੋਈ ਸਾਂਝ ਬਣ ਗਈ ਹੈ ਜਿਸ ਕਰਕੇ ਕਿ ਉਹਨਾਂ ਦੇ ਅੰਦਰੋਂ ਇਹ ਖੁਸ਼ੀ ਨਾਲ ਇਹ ਲੈ ਜੋ ਪੰਕਤੀਆਂ ਹਨ ਨਿਕਲੀਆਂ ਹਨ ਤੇ ਗੁਰੂ ਜੀ ਕਹਿੰਦੇ ਹਨ ਕਿ ਮੈਨੂੰ ਗੁਰੂ ਦੀ ਦਿੱਤੀ ਹੋਈ ਡੂੰਗੀ ਸਾਂਝ ਉਸ ਪ੍ਰਮਾਤਮਾ ਦੇ ਨਾਲ ਪ੍ਰਾਪਤ ਕਰ ਲਈ ਹੈ ਕਿ ਜੋ ਗੁਰੂ ਨੇ ਮੈਨੂੰ ਉਸ ਪ੍ਰਮਾਤਮਾ ਨਾਲ ਸਾਂਝ ਬਖਸ਼ੀ ਹੈ ਜਾਂ ਪ੍ਰਮਾਤਮਾ ਨਾਲ ਜੁੜਨ ਦੀ ਇੱਕ ਕਲਾ ਬਖਸ਼ੀ ਹੈ ਮੈਂ ਉਸ ਕਲਾ ਨੂੰ ਵਰਤਦੇ ਹੋਏ ਪ੍ਰਮਾਤਮਾ ਦੇ ਨਾਲ ਡੂੰਗੀ ਸਾਂਝ ਪਾ ਲਈ ਹੈ ਉਸ ਪ੍ਰਮਾਤਮਾ ਦਾ ਨਾਮ ਰਸ ਮੈਨੂੰ ਮਿਲ ਗਿਆ ਹੈ ਇਸ ਕਰਕੇ ਮੇਰਾ ਮਨ ਹੈ ਜੋ ਉਹ ਪ੍ਰਮਾਤਮਾ ਦੇ ਰੰਗ ਦੇ ਵਿੱਚ ਹੁਣ ਰੰਗਿਆ ਰਹਿੰਦਾ ਹੈ ਗੁਰੂ ਨੇ ਮੈਨੂੰ ਉਹ ਪ੍ਰਮਾਤਮਾ ਦਾ ਨਾਮ ਰਸ ਬੁਲਾ ਦਿੱਤਾ ਹੈ ਤੇ ਅਜਿਹਾ ਪਲਾਇਆ ਹੈ ਕਿ ਮੈਂ ਹਮੇਸ਼ਾ ਹੀ ਹਰ ਵਕਤ ਉਸ ਪ੍ਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹਾਂ ਤੇ ਪ੍ਰਮਾਤਮਾ ਦੇ ਨਾਮ ਰਸ ਦੇ ਵਿੱਚ ਮੇਰਾ ਮਨ ਉੱਛਲ-ਉੱਛਲ ਪੈਂਦਾ ਹੈ ਆਵੋ ਸੰਤ ਮੈਂ ਗੱਲ ਮੇਲਾਈਆ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚਾਉਂਦਾ ਜਿਉ ਕਹਿੰਦੇ ਹੇ ਸੰਤ ਜਨੋ ਆਕੇ ਮੈਨੂੰ ਗਲੇ ਮਿਲੋ ਤੇ ਉਸ ਮੇਰੇ ਪਰਮਾਤਮਾ ਦੀਆਂ ਮੇਰੇ ਪ੍ਰੀਤਮ ਪ੍ਰਭੂ ਦੀਆਂ ਸਿਫਤ ਸਲਾਹ ਦੀਆਂ ਗੱਲਾਂ ਮੈਨੂੰ ਸੁਣਾਵੋ ਹੇ ਪ੍ਰਭੂ ਦੇ ਸੰਤ ਜਨੋ ਮੈਨੂੰ ਮਿਲੋ ਜਿਹੜਾ ਕੋਈ ਸਤਿਗੁਰ ਦੀ ਬਾਣੀ ਆਪਦੇ ਮੂੰਹ ਦੇ ਨਾਲ ਉਚਾਰਦਾ ਹੈ ਮੈਂ ਆਪਦਾ ਮਨ ਉਸ ਦੇ ਹਵਾਲੇ ਕਰ ਦਿੰਦਾ ਹਾਂ ਕਿ ਗੁਰੂ ਜੀ ਇੰਨੇ ਜ਼ਿਆਦਾ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਜਾ ਚੁੱਕੇ ਹਨ ਕਿ ਉਹਨਾਂ ਦਾ ਮਨ ਕਰਦਾ ਹੈ ਕਿ ਹਮੇਸ਼ਾ ਹੀ ਉਹ ਇਸੇ ਇਸ ਰਸ ਦੇ ਵਿੱਚ ਲੱਗੇ ਰਹਿਣ ਇਸੇ ਪਰਮਾਤਮਾ ਦੀ ਜੋ ਇੱਕ ਨਾਮ ਰਸ ਦੀ ਬਾਣੀ ਹੈ ਉਸ ਦੇ ਨਾਲ ਹਮੇਸ਼ਾ ਜੁੜੇ ਰਹਿਣ ਬੇਸ਼ੱਕ ਉਹ ਉਸ ਬਾਣੀ ਨੂੰ ਉਚਾਰਨ ਜਾਂ ਫਿਰ ਸੁਣਨ ਪਰ ਉਹ ਹਮੇਸ਼ਾ ਉਸ ਤੇ ਬਾਣੀ ਦੇ ਟੱਚ ਦੇ ਵਿੱਚ ਰਹਿਣਾ ਚਾਹ ਰਹੇ ਹਨ ਵਡਭਾਗੀ ਹਰ ਸੰਤ ਮਿਲਾਇਆ ਗੁਰ ਪੂਰਾ ਹਰ ਰਸ ਮੁਖ ਪਾਇਆ ਭਾਗਹੀਨ ਸਤ ਗੁਰ ਨਹੀਂ ਪਾਇਆ ਮਨਮੁਖ ਗਰਭ ਜੂਨੀ ਨਿਤ ਪੌਂਦਾ ਜੀਉ ਕਹਿੰਦੇ ਮੇਰੇ ਵੱਡੇ ਭਾਗਾਂ ਦੇ ਨਾਲ ਪ੍ਰਮਾਤਮਾ ਨੇ ਮੈਨੂੰ ਗੁਰੂ ਨਾਲ ਮਿਲਾਇਆ ਤੇ ਗੁਰੂ ਨੇ ਪਰਮਾਤਮਾ ਦਾ ਨਾਮ ਰਸ ਮੇਰੇ ਮੂੰਹ ਦੇ ਵਿੱਚ ਪਾ ਦਿੱਤਾ ਜੋ ਨਿਭਾਗੇ ਬੰਦੇ ਹੁੰਦੇ ਹਨ ਮੰਦ ਭਾਗੇ ਬੰਦੇ ਹਨ ਉਹਨਾਂ ਨੂੰ ਸੱਚਾ ਗੁਰੂ ਨਹੀਂ ਮਿਲਦਾ ਜਿਹੜਾ ਮਨੁੱਖ ਆਪਦੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ ਉਹ ਸਦਾ ਜੂਨਾ ਦੇ Ꙅ ਦੇ ਵਿੱਚ ਪਿਆ ਰਹਿੰਦਾ ਹੈ ਆਪ ਦਿਆਲ ਦਇਆ ਪ੍ਰਭ ਧਾਰੀ ਮਲ ਹਉਮੈ ਵਿਖਿਆ ਸਭ ਨਿਵਾਰੀ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਓ ਕਹਿੰਦੇ ਉਸ ਦਇਆਵਾਨ ਪ੍ਰਮਾਤਮਾ ਨੇ ਜਿਸ ਮਨੁੱਖ ਉੱਤੇ ਵੀ ਮਿਹਰ ਕੀਤੀ ਉਸੇ ਮਨੁੱਖ ਨੇ ਹੀ ਆਪਣੇ ਅੰਦਰੋਂ ਹਉਮੈ ਦੀ ਮੈਲ ਦੂਰ ਕਰ ਲਈ। हे ਨਾਨਕ ਜਿਹੜੇ ਮਨੁੱਖ ਗੁਰੂ ਦੇ ਸਾਨਮੁਖ ਹੁੰਦੇ ਹਨ ਉਹ ਆਪਦੇ ਸਰੀਰ ਹੱਟ ਵਿੱਚ ਹੀ ਸਰੀਰ ਸ਼ਹਿਰ ਵਿੱਚ ਹੀ ਟਿਕ ਕੇ ਪ੍ਰਮਾਤਮਾ ਦੇ ਨਾਮ ਦਾ ਸੌਦਾ ਖਰੀਦ ਲੈਂਦੇ ਹਨ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 95ਵੇਂ ਪੰਨੇ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਸ ਵਿੱਚੋਂ ਵੀ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਆਪਦਾ ਹਿੱਸਾ ਸਾਥ ਇਸ ਚੈਨਲ ਦੇ ਨਾਲ ਇਸੇ ਤਰ੍ਹਾਂ ਹੀ ਬਣਾਈ ਰੱਖੋ। ਜੇਕਰ ਤੁਹਾਨੂੰ ਸਾਡਾ ਕੰਮ ਪਸੰਦ ਆਉਂਦਾ ਹੈ ਤਾਂ ਡਿਸਕ੍ਰਿਪਸ਼ਨ ਸੈਕਸ਼ਨ ਦੇ ਵਿੱਚ ਇੱਕ ਲਿੰਕ ਹੈ ਜਿਸ ਤੇ ਜਾ ਕੇ ਤੁਸੀਂ ਇਸ ਚੈਨਲ ਨੂੰ ਸਪੋਰਟ ਵੀ ਕਰ ਸਕਦੇ ਹੋ। ਵੀਡੀਓ ਨੂੰ ਵੇਖਣ ਸੁਣਨ ਦੇ ਲਈ ਸ਼ੇਅਰ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।